ਥਾਲੀਆਂ ਖੜਕਾਉਣ ਨੂੰ ਤੇ ਫੁੱਲਾਂ ਦੇ ਹਾਰ ਪਰਸਾਉਣ ਨੂੰ ਜਾਂ ਮੌਤਾਂ ਦੇ ਫੁੱਲਾਂ ਦੇ ਹਾਰ ਪਰਸਾਉਂਦੇ ਹੋ? ਪ੍ਰਬੰਧ ਤੁਸੀਂ ਕੋਈ ਕਰਨਾ ਨਹੀਂ। ਇਸ ਗੱਲ 'ਤੇ ਸਿਆਸਤ ਹੋਈ ਜਾਂਦੀ ਹੈ ਕਿ ਉਹ ਕਹਿੰਦਾ ਮੈਂ ਰਾਸ਼ਨ ਦਈਏ ਵੀ ਤਾਂ ਜੋ ਲੋਕ ਬਾਹਰ ਨਾ ਆਉਣ। ਹੁਣ ਉਹਨਾਂ ਨੇ ਨਿਊਜ਼ੀਲੈਂਡ ਵਾਲਿਆਂ ਨੇ ਜਿਹੜੇ ਲੋਕਾਂ ਦਾ ਕੰਮ, ਕਿਉਂਕਿ ਉੱਥੇ ਵੀ ਲੋਕੀਦਾਰਾਂ ਨੂੰ ਜਿਹੜੇ ਰੋਜ਼ ਕਮਾਉਂਦੇ ਅਤੇ ਖਾਣ ਵਾਲੇ ਸੀ ਉਹਨਾਂ ਨੂੰ ਉਨੇ ਦਿਨਾਂ ਦੇ ਪੈਸੇ ਉਹਨਾਂ ਨੂੰ ਫੜਾ ਦਿੱਤੇ ਵੀ ਆਹ ਚੱਕੋ, ਪਹਿਲਾਂ ਫੜਾਏ ਵੀ ਆਪਣਾ ਰਾਸ਼ਨ ਪਾਣੀ ਲੈ ਲਓ ਭਾਈ। ਕਮੇਟੀ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ। ਪ੍ਰਬੰਧ ਕਰੋ, ਪ੍ਰਬੰਧ ਕਰੋ, ਪ੍ਰਬੰਧ ਕਰੋ। ਲੋਕਡਾਊਨ ਵਿੱਚ ਵਾਧਾ ਕਰਨਾ ਬੰਦ ਕਰੋ। ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਆਪਣਾ ਬੰਦ ਕਰੋ, ਬੰਦ ਕਰੋ, ਬੰਦ ਕਰੋ। ਲੋਕਾਂ ਲਈ ਰਾਸ਼ਨ ਤੇ ਹੋਰ ਰਾਹਤਾਂ ਦਾ ਪ੍ਰਬੰਧ ਕਰੋ, ਪ੍ਰਬੰਧ ਕਰੋ, ਪ੍ਰਬੰਧ ਕਰੋ। ਛੋਟੇ ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਲੋਕਡਾਊਨ ਵਿੱਚ ਵਾਧਾ ਕਰਨਾ ਬੰਦ ਕਰੋ, ਬੰਦ ਕਰੋ, ਬੰਦ ਕਰੋ, ਬੰਦ ਕਰੋ। ਲੋਕਾਂ ਦੇ ਇਲਾਜ ਲਈ ਸਰਕਾਰੀ ਪ੍ਰਬੰਧ ਕਰੋ। ਅਸੀਂ ਲੋਕ ਸੰਘਰਸ਼ ਕਮੇਟੀ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਦਾ ਪੁਤਲਾ ਸਮਾਣੇ ਦੇ ਵਿੱਚ ਫੂਕ ਰਿਹਾ, ਕਿਉਂਕਿ ਸਰਕਾਰ ਨੇ ਕਰੋਨਾ ਵਾਇਰਸ ਦੇ ਨਾਲ ਲੜਨ ਦੇ ਨਾਂ ਦੇ ਉੱਤੇ ਸਿਰਫ ਤੇ ਸਿਰਫ ਲੋਕਾਂ ਨੂੰ ਘਰਾਂ ਦੇ ਵਿੱਚ ਕੈਦ ਕੀਤਾ ਹੈਗਾ। ਲੋਕਡਾਊਨ ਦਾ ਮਕਸਦ ਹੁੰਦਾ ਕਿ ਜਿੰਨਾ ਸਮਾਂ ਤੁਸੀਂ ਪ੍ਰਬੰਧ ਨਹੀਂ ਕਰ ਲੈਂਦੇ, ਤਿਆਰੀ ਨਹੀਂ ਕਰ ਲੈਂਦੇ, ਹੌਸਪੀਟਲ ਨਹੀਂ ਬਣਾ ਲੈਂਦੇ, ਡਾਕਟਰ ਨਹੀਂ ਭਰਤੀ ਕਰ ਲੈਂਦੇ, ਜਾਂ ਆਪਣੇ ਸਿਹਤ ਢਾਂਚੇ ਨੂੰ ਚੁਸਤ ਦਰੁਸਤ ਨਹੀਂ ਕਰ ਲੈਂਦੇ, ਉਨਾ ਸਮਾਂ ਤੁਸੀਂ ਲੋਕਾਂ ਨੂੰ ਲੋਕਡਾਊਨ ਕਰਕੇ ਰੱਖੋਗੇ। ਉਸ ਤੋਂ ਬਾਅਦ ਲੋਕਡਾਊਨ ਖੋਲ੍ਹ ਦੇਣਾ ਹੈਗਾ ਤਾਂ ਕਿ ਲੋਕ ਸਾਵਧਾਨੀਆਂ ਰੱਖਦੇ ਹੋਏ ਆਪਣਾ ਕੰਮ ਕਾਰ ਸ਼ੁਰੂ ਕਰ ਸਕਣ। ਪਰ ਅਫਸੋਸ ਦੀ ਗੱਲ ਆ ਕਿ ਭਾਰਤ ਦੇ ਵਿੱਚ ਨਾ ਤਾਂ ਕੋਈ ਨਵੇਂ ਹੌਸਪੀਟਲ ਬਣੇ, ਨਾ ਡਾਕਟਰ ਭਰਤੀ ਕੀਤੇ ਗਏ। ਵੈਕਸੀਨ ਤਾਂ ਚਲੋ ਇਹਦੀ ਇੰਟਰਨੈਸ਼ਨਲੀ ਵੀ ਕਿਤੇ ਅਜੇ ਤੱਕ ਹੋਂਦ ਦੇ ਵਿੱਚ ਨਹੀਂ ਆਈ ਹੈਗੀ। ਇਸ ਕਰਕੇ ਸਿਰਫ ਤੇ ਸਿਰਫ ਲੋਕਾਂ ਨੂੰ ਘਰਾਂ ਦੇ ਵਿੱਚ ਕੈਦ ਕਰਕੇ ਰੱਖਣਾ, ਕਿਸੇ ਡਾਕਟਰ ਦੀ ਭਰਤੀ ਨਾ ਕਰਨਾ, ਕੋਈ ਹੌਸਪੀਟਲ ਨਾ ਬਣਾਉਣਾ, ਜਾਂ ਜੇ ਕੋਈ ਬੁਨਿਆਦੀ ਚੀਜ਼ਾਂ ਮੰਗਦੇ ਨੇ, ਸੁਰੱਖਿਆ ਉਪਕਰਨ ਮੰਗਦੇ ਨੇ ਡਾਕਟਰ, ਉਹਨਾਂ ਨੂੰ ਸਸਪੈਂਡ ਕਰ ਦੇਣਾ, ਜਾਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਵਾਲੇ ਜਿਹੜੇ ਆਗੂ ਨੇ ਉਹਨਾਂ ਨੂੰ ਝੂਠੇ ਕੇਸਾਂ ਦੇ ਤਹਿਤ ਚੱਕ ਚੱਕ ਕੇ ਜੇਲ੍ਹਾਂ ਦੇ ਵਿੱਚ ਬੰਦ ਕਰਨਾ। ਇਹ ਸਾਰੇ ਦਾ ਸਾਰਾ ਸਾਨੂੰ ਲੱਗਦਾ ਕਿ ਐਮਰਜੈਂਸੀ ਵਰਗੇ ਹਾਲਾਤ ਪੈਦਾ ਕੀਤੇ ਜਾ ਰਹੇ ਨੇ। ਲੋਕਾਂ ਦੇ ਜਿਹੜੇ ਕਿਰਤ ਕਾਨੂੰਨ ਸੀ, ਲੋਕਾਂ ਨੇ ਲੜ ਕੇ ਲਏ ਸੀ ਮਜ਼ਦੂਰ ਜਮਾਤ ਦੇ, ਉਹਨਾਂ ਕਿਰਤ ਕਾਨੂੰਨਾਂ ਦੇ ਵਿੱਚ ਮੋਦੀ ਸਰਕਾਰ ਦੁਆਰਾ ਸੋਧਾ ਕੀਤੀਆਂ ਜਾ ਰਹੀਆਂ ਨੇ। ਧੜਾਧੜ ਜਿਹੜੇ ਸਰਕਾਰੀ ਮਹਿਕਮੇ ਨੇ ਉਹਨਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ, ਅਤੇ 20 ਲੱਖ ਕਰੋੜ ਦਾ ਜਿਹੜਾ ਪੈਕੇਜ ਹੈਗਾ ਜਿਹੜਾ ਐਲਾਨ ਕੀਤਾ ਸਰਕਾਰ ਨੇ, ਉਹਦੇ ਵਿੱਚ ਹਾਸੇ ਦੀ ਗੱਲ ਇਹ ਆ ਕਿ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਦੀ ਅਮਾਊਂਟ ਵੀ ਉਹਦੇ ਵਿੱਚ ਸ਼ਾਮਿਲ ਕਰ ਲਈ ਗਈ ਹੈਗੀ ਆ। ਇਸੇ ਤਰ੍ਹਾਂ ਕਿਸਾਨਾਂ ਨੂੰ ਜਿਹੜਾ 2000 ਰੁਪਏ ਮਿਲਦਾ ਸੀ ਉਹਨੂੰ ਵੀ ਉਹਦੇ ਵਿੱਚ ਐਡ ਕਰ ਲਿਆ ਗਿਆ ਹੈਗਾ। ਨਵਾਂ ਇੱਕ ਪੰਜੀ ਵੀ ਆਮ ਲੋਕਾਂ ਨੂੰ ਨਹੀਂ ਮਿਲੀ, ਉਹ 20 ਲੱਖ ਕਰੋੜ ਦਾ ਇੱਕ ਕਹਿ ਲਈਏ ਕਿ ਪਕਾਨਾ ਹੈਗਾ, ਉਹ ਪੂਰੀ ਤਰ੍ਹਾਂ ਫੁੱਟ ਚੁੱਕਿਆ। ਜੇ ਉਹਦੇ ਵਿੱਚੋਂ ਕੁਛ ਮਿਲ ਰਿਹਾ ਤਾਂ ਸਰਮਾਏਦਾਰਾਂ ਨੂੰ ਮਿਲ ਰਿਹਾ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਜੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਦੇਣੀ ਹੈਗੀ ਤਾਂ ਲੋਕਾਂ ਨੂੰ ਐਜੂਕੇਟ ਕਰੋ ਕਿ ਉਹ ਆਪਣਾ ਇਤਿਹਾਸ ਰੱਖਦੇ ਹੋਏ ਬਿਮਾਰੀ ਤੋਂ ਆਪਣੇ ਕੰਮ ਕਾਰ ਕਰ ਸਕਣ, ਲੋਕਾਂ ਦੇ ਕਾਰੋਬਾਰ ਸ਼ੁਰੂ ਹੋਣ। ਦੇਖੋ ਇਹ ਅਸੀਂ ਸੂਬਾ ਸਰਕਾਰਾਂ ਦਾ ਅਤੇ ਕੇਂਦਰ ਸਰਕਾਰ ਦਾ ਜਿਹੜਾ ਇਹ ਅਰਥੀ ਸਾੜ ਰਿਹਾ ਹੈਗਾ, ਇਹ ਦੋ ਇਨਕਲਾਬੀ ਪਾਰਟੀਆਂ ਦਾ ਸੱਦਾ ਅਤੇ ਲੋਕ ਸੰਘਰਸ਼ ਕਮੇਟੀ ਵੱਲੋਂ ਅਸੀਂ ਉਹਨਾਂ ਦਾ ਸਮਰਥਨ ਕੀਤਾ ਹੈਗਾ ਆ। ਮਸਲਾ ਹੈ ਕਿ ਗੌਰਮੈਂਟ ਲੋਕਡਾਊਨ ਲਗਾਤਾਰ ਜਿਹੜਾ ਵਧਾ ਰਹੀ ਹੈ, ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਬਿਮਾਰੀ ਨਾਲ ਲੜਨ ਲਈ ਲੋਕਡਾਊਨ ਇੱਕ ਸੀਮਤ ਸਟ੍ਰੈਟੇਜੀ ਸੀਗੀ, ਇੱਕ ਸੀਮਤ ਯੁੱਧ ਨੀਤੀ ਹੈ, ਪਰ ਗੌਰਮੈਂਟ ਨੇ ਕੋਈ ਪ੍ਰਬੰਧ ਕੀਤਾ ਨਹੀਂ। ਬਿਮਾਰੀ ਲਗਾਤਾਰ ਵੱਧ ਰਹੀ ਹੈ, ਹੁਣ ਲੋਕਡਾਊਨ ਦੀ ਆੜ ਹੇਠ ਇਕਨੋਮਿਕ ਸੁਧਾਰਾਂ ਦਾ ਏਜੰਡਾ ਵੀ ਥੋਪਿਆ ਜਾ ਰਿਹਾ, ਲਗਾਤਾਰ ਲੋਕਾਂ 'ਤੇ ਭਾਰ ਲੱਦੇ ਜਾ ਰਹੇ ਨੇ, ਅਤੇ ਸਿਆਸੀ ਅਤੇ ਡੈਮੋਕ੍ਰੈਟਿਕ ਐਕਟੀਵਿਟੀ ਰੋਕੀ ਹੋਈ ਹੈ। ਸਾਡੀ ਮੰਗ ਹੈ ਕਿ ਇਹ ਬਿਲਕੁਲ ਖੋਲ੍ਹਣੀ ਚਾਹੀਦੀ ਹੈ, ਲੋਕਡਾਊਨ ਬੰਦ ਕਰਨਾ ਚਾਹੀਦਾ, ਵਧਾਉਣਾ, ਔਰ ਸਰਕਾਰ ਨੂੰ ਸਹੀ ਅਰਥਾਂ 'ਚ ਪ੍ਰਬੰਧ ਕਰਨੇ ਚਾਹੀਦੇ ਨੇ। ਦੁਨੀਆ 'ਚ ਬਹੁਤ ਸਾਰੇ ਮੁਲਕਾਂ ਨੇ ਲੋਕਡਾਊਨ ਕੀਤਾ, ਪਰ ਬੜੀ ਅਕਲ ਨਾਲ ਕੀਤਾ ਆ। ਇਹ ਗੌਰਮੈਂਟ ਗੈਰ ਸਾਇੰਟੀਫਿਕ ਅਨਸਾਇੰਟੀਫਿਕ ਵੇ ਨਾਲ ਇਹਨੇ ਲੋਕਡਾਊਨ ਸਾਰਾ ਕੀਤਾ ਔਰ ਲੋਕ ਬਲੀ ਦੇ ਬੂਥੇ ਦੇ ਦਿੱਤੇ ਨੇ। ਇਸ ਮੁਲਕ 'ਚ ਬਿਮਾਰੀ ਵੱਧ ਗਈ ਹੈ ਔਰ ਆਪਣਾ ਜੁਮਲਿਆਂ ਦੀ ਪੋਲੀਟਿਕਸ ਹੋ ਰਹੀ ਹੈ, ਰਾਜਨੀਤੀ ਭੈੜੀ ਕਿਸਮ ਦੀ ਕਰ ਰਹੇ ਨੇ ਹੁਕਮਰਾਨ, ਔਰ ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਚਾਹੁੰਦੇ ਹਾਂ ਕਿ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਵੇ, ਪ੍ਰਬੰਧ ਕੀਤਾ ਜਾਵੇ, ਔਰ ਲੋਕਡਾਊਨ ਖੋਲ੍ਹ ਕੇ ਪੋਲੀਟੀਕਲ ਗਤੀਵਿਧੀ ਨੂੰ ਵੀ ਚੱਲਣ ਦਾ ਜਿਹੜਾ ਉਹ ਮੌਕਾ ਦਿੱਤਾ ਜਾਵੇ, ਤਾਂ ਜੋ ਸਰਕਾਰ ਦੀ ਜਿਹੜੀਆਂ ਨਲਾਇਕੀਆਂ ਨੇ ਉਹਨਾਂ 'ਤੇ ਉਂਗਲ ਰੱਖੀ ਜਾ ਸਕੇ। ਕੈਮਰਾਮੈਨ ਬਾਲ ਸਿੰਘ ਗਰਗ ਕੇ ਸਾਥ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।